जाएंगे
चढ़ के करे आम किया तय ना दूज के जाएंगे सतपा थे रविदास तो ही मोही मोही तो ही अंतर कैसा कनक टक जब कन जैसा जो भय हम ना पाप करंता ए अनंता पतन पावन नाम कैसे हुंता रहो तुम जो नायका छू अंतर जामी प्रभु ते जन जानिए जानते स्वामी श्रीर राधे मोक विचार देव रविदास सम दल समझावे कुंज पोजी सतनाम सुमंग सतनाम जियो जपो जी सतनाम सुमंग सतनाम जियो ऐसी लाल तुझ में कौन करे गरीब नवाज गोसैया मेरा माते सतर करे रहो जाकी छोत जगत को लागे तां पर तू ही डरे नीचे उच करे मेरा गोविंद कहूं ते ना डरे नाम देव कवितर होते सजना सहन करे कह रविदास सुनो रे संतो हर जियो ते सबे सरे जपो जी सतनाम सोहन सतनाम जियो जपो जी सतनाम सोहन सतनाम जियो तन तन जग गुरु सतगुरु दास माजी तन तन गुरु बालक जी महाराज तन तन सतगुरु सरबंदास जी महाराज तन तन सतगुरु नामदेव जी महाराज तन तन सतगुरु कबीर जी महाराज तन तन सतगुरु सैन जी महाराज तन तन बाबा फरीद जी महाराज तन तन श्री चंद जी महाराज तन तन सतमीर राय जी महाराज तन तन सतगुरु नानका जी महाराज तन तन सतगुरु बानका जी महाराज तन तन संत भेली जी महाराज सारे महापुरुषों के चरण कमलों वाला के सेवा सिमरन की कमाई का ध्यान करके जपो जी सतनाम जियो जपो जी सतनाम सोहन सतनाम जियो जस गुरु सतगुरु दास महाराज के जन्म स्थान श्री गुरदुरपुर वाराणसी बेगमपुरा हरिद्वार हर की पौड़ी डीरा सचखंड बलना सभी गुरुधामों गुरसानों का ध्यान करके जपो जी सतनाम जियो जपो जी सतनाम जियो जतगुरु सतगुरु दास महाराज जी आप आप दी कौम दी खातर बहुत सारिया संतां ने शहीदी दित्तियां तिन्हां दी धर्म दी कमाई का ध्यान करके जपो जी सतनाम जियो जपो जी सतनाम सोहन सतनाम जियो तन तन गुरुदास महाराज चंकमना च बेनती है हम सर दीन दयाल न तुम सर आप दयाल कर कीजिए बचनी तोर मोर माने जन को पूर्ण दीजिए हम बल बल जाऊं मिया कार नहीं कारण कमल भूल रहो बहुत जन्म बिछड़े मारो ये जन्म तुम्हारे पैर उदास वास लग जियो जिन पैर दर्शन देखी जपो जी सतनाम सोहंग सतनाम जियो जपो जी सतनाम सोहंग सतनाम जियो तन तन जगगुरु सतगुरु दास महाराज जी ਤਨ ਤਨ ਸਤਿਗੁਰੂ ਬਾਲਕ ਜੀ ਮਹਾਰਾਜ ਤਨ ਤਨ ਜੀ ਸਰਮਦਾਸ ਜੀ ਮਹਾਰਾਜ ਤਨ ਤਨ ਸ੍ਰੀ ਸੰਤ ਰਾਮਨਾ ਜੀ ਮਹਾਰਾਜ ਆਪ ਦੇ ਚਰਨ ਕਮਲਾਂ ਦਾ ਓਟ ਆਸਾ ਲੈ ਕੇ 649ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਜੋ ਰਵਿਦਾਸ ਜੀ ਦੀ ਅੱਜ ਕੱਲ੍ਹ ਨੂੰ ਗਾਇਕੀ ਨੂੰ ਮਨਾਈ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਨਗਰ ਕੀਰਤਨ ਮਹਾਰਾਜ ਜੀ ਘਰ ਘਰ ਜਾ ਕੇ ਕੀਰਤਨ ਕਰਦੇ ਹਾਂ ਆਪ ਦੀ ਆਗਿਆ ਅਨੁਸਾਰ ਅੱਜ ਸ਼੍ਰੀਮਾਨ ਸੋਮੀ ਚਿਮਜੀ ਅਤੇ ਬੀਬੀ ਵਿਮਲਾ ਚਿਮਜੀ ਦੇ ਦਰਹਿ ਵਿਖੇ ਕੀਰਤਨ ਹੋਇਆ ਹੈ ਗੁਰੂ ਦਾਸ ਮਹਾਰਾਜ ਜੀ ਚਰਨ ਕਮਲਾਂ 'ਚ ਬੇਨਤੀ ਹੈ ਕੀਰਤਨ ਕਰਦਿਆਂ ਇੱਕ ਅੜੀ ਨੇ ਕੱਪ ਕਰਦੀਆਂ ਗਲਤੀਆਂ ਹੋ ਗਈਆਂ ਹੁੰਦੀਆਂ ਜਾਨ ਬੱਚੇ ਸਮਝ ਕੇ ਮਾਲ ਕੱਢਣਾ
ਅੱਗੇ ਵਧਦੇ ਸੁੰਦ ਤੀਜਾਂ ਦੀ ਸਮਾਧੀ ਨਹੀਂ ਸੇਵਾਦਾਰ ਕੋ ਸੇਵਾ ਕਰਨਾ ਕੀਤੀ ਕਰਨੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਬੱਚਿਆਂ ਤੇ ਪਰਿਵਾਰ ਤੇ ਵੀ ਪ੍ਰਯਤਨੀ ਕੰਮ ਕਰ ਚੜ੍ਹਦੀ ਪ੍ਰਯਤਨੀ ਦੇਸਾਂ ਪ੍ਰਦੇਸਾਂ ਵਿੱਚ ਧੰਗ ਸੰਗ ਸਾਈ ਨਾ ਸਭ ਨੂੰ ਦੁਸਖੀ ਜੀਵਨ ਦਾਨ ਬਖਸ਼ ਕਰਨਾ ਗੁਰੂ ਦਾਸ ਮਾਹ ਜੀ ਆਪਦੇ ਚਰਕਮਲਾ ਚ ਬੇਨਤੀ ਹੈ ਆਪਦੀ ਰਸਮਾਂ ਵਾਸਤੇ ਉਹਨੇ ਸੱਚਿਆ ਹੈ ਪ੍ਰਸਾਦ ਸੱਚਿਆ ਜਿਹੜਾ ਭੋਗ ਲਾਓ ਦਸ ਅੱਖਾਂ ਅੱਠ ਸੱਖੇ ਚਾਰੇ ਖਾਣੀ ਇਹ ਵਰਤਨ ਹੈ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਤੁਰਕਾਰੇ ਆਪਦੇ ਨਾਮ ਦੇ ਲੱਗਿਆ ਪ੍ਰਸ਼ਾਦ ਸਾਧ ਸਿੰਘ ਨੂੰ ਵਰਤੇ ਜੋ ਜੋ ਸਕੇ ਆਪਦਾ ਨਾਮ ਤੁਸੀਂ ਤੂੰ ਤੁਸੀਂ ਤੂੰ ਤੁਸੀਂ ਤੂੰ ਸਤਨਾਮ 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 ਜਪੇ ਧੰਨ ਧੰਨ ਗੁਰਦਾਸ ਮਹਾਰਾਜ ਜੀ ਧੰਨ ਧੰਨ ਗੁਰਬਾਰ ਜੀ ਮਹਾਰਾਜ ਧੰਨ ਧੰਨ ਗੁਰੂ ਪ੍ਰਧਾਨ ਜੀ ਮਹਾਰਾਜ ਧੰਨ ਧੰਨ ਗੁਰੂ ਸਰਬੰਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਹਰੀਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗਰੀਬਦਾਸ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ 108 ਸੰਤ ਨਰਿੰਦਰ ਦਾਸ ਜੀ ਮਹਾਰਾਜ 108 ਸੰਤ ਸੁੰਦਰ ਬਾਬਾ ਜੀ ਮਹਾਰਾਜ ਕੌਮ ਦੇ ਮਹਾਨ ਮਹਾਨ ਸਲੀਬ 108 ਸੰਤ ਰਾਮਨਾਥ ਜੀ ਮਹਾਰਾਜ ਆਹ ਸਭ ਦੇ ਨਾਮ ਦੀ ਹੋਵੇ ਚੜ੍ਹਦੀ ਕਲਾ ਕਰਦੀ ਪੀੜਾ ਜਿਹੜੇ ਬਾਣੀ ਸਰਵਰਤ ਦਾ ਪਲਾ ਜੋ ਬੋਲੇ ਸੋਨ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਪੈ ਸਤਿਗੁਰੂ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋਨ ਪੈ ਮਸੀਹ ਸੰਤ ਰਾਮਨਾਥ ਮਹਾਰਾਜ ਕੀ ਜੈ ਜੋ ਬੋਲੇ ਸਤਿਗੁਰੂ ਸਰਵਨਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਪੈ ਸਰਬ ਭੇਖ ਭਗਵਾਨ ਕੀ ਜੈ ਜਤ ਗੁਰੂ ਸਤਿਗੁਰ ਰਵਿਦਾਸ ਸ਼ਕਤੀ ਜਤ ਗੁਰੂ ਸਤਿਗੁਰ ਰਵਿਦਾਸ ਸ਼ਕਤੀ ਜਤ ਗੁਰੂ ਸਤਿਗੁਰ ਰਵਿਦਾਸ ਸ਼ਕਤੀ ਜਤ ਗੁਰੂ ਸਤਿਗੁਰ ਭਗਵਾਨ ਵਾਲਮੀਕ ਸ਼ਕਤੀ ਜਤ ਗੁਰੂ ਸਤਿਗੁਰ ਭਗਵਾਨ ਵਾਲਮੀਕ ਸ਼ਕਤੀ ਜਤ ਗੁਰੂ ਸਤਿਗੁਰ ਅਮਰ ਸਿੰਘ ਸੰਤ ਰਾਮਾਨੰਦ ਸ਼ਕਤੀ ਜਤ ਗੁਰੂ ਸਤਿਗੁਰ ਅਮਰ ਸਿੰਘ ਸੰਤ ਰਾਮਾਨੰਦ ਸ਼ਕਤੀ ਜੋ ਬੋਲੇ ਸੋ ਨਿਰਭੈ ਜੋ ਬੋਲੇ ਸੋ ਨਿਰਭੈ ਸਤਿਗੁਰੂ ਵਾਲਮੀਕ ਮਹਾਰਾਜ ਕੀ ਜੈ ਧੰਨ ਧੰਨ ਜਗ ਗੁਰੂ ਸਤਿਗੁਰੂ ਅਰਦਾਸ ਮਾਰੀ ਧੰਨ ਧੰਨ ਗੁਰੂ ਬਾਲਕ ਮੀਰਾ ਧੰਨ ਧੰਨ ਸਰਵਨਦਾਸ ਜੀ ਧੰਨ ਧੰਨ ਸ੍ਰੀ ਸੰਤ ਰਮਨਾ ਜੀ ਮਹਾਰਾਜ ਅਕਾਲ ਪੁਰਖਾਂ ਤੋਂ ਜਾਮੀ ਇਸ ਵੇਲੇ ਅਰਦਾਸ ਦਾ ਘਟਾ ਵਧਾ ਮਾਪ ਸਹੀ ਸੰਤ ਸਜਨ ਪਿਆਰੇ ਮਿਲਣਾ ਜਿਹਨਾਂ ਮਿਲਾਪ ਜੀ ਦਾ ਨਾਮ ਚਿੱਤੇ ਆਵੇ ਨਾਮ ਦੀ ਹੋਵੇ ਚੜ੍ਹਦੀ ਕਲਾ ਘਟਦੀ ਪੀੜਾ ਤੇਰੇ ਭਾਣੇ ਸਰਬੱਤ ਦਾ ਬਲ ਜੈ ਗੁਰੂ ਦੇਵ ਧੰਨ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਦੇ ਚਰਨ ਕਮਲਾਂ ਨੂੰ ਬੇਨਤੀ ਹੈ ਅਗਰ ਕਿਸੇ ਨੇ ਜਾਪ ਕਰਾਉਣਾ ਹੋਵੇ ਅਖੰਡ ਪਾਠ ਕਰਾਉਣਾ ਹੋਵੇ ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਆਪਣੇ ਨਾਂ ਲਿਖਾ ਦੇ ਐਤਵਾਰ ਹੁੰਦੀ ਅੱਜ ਅਤੇ ਬੜੀ ਕਿਰਪਾ ਹੁੰਦੀ ਲੜੀ ਦੇ ਵਿੱਚ ਜਾਪੀ